Hadi Gold, an Islamic record label. ਕਦੇ ਗੌਰ ਕੀਤਾ ਜੇ ਘਰ 'ਚ 6-7 ਬੱਚੇ ਹੋਵਣ ਤੇ ਜਿਹੜਾ ਬੱਚਾ ਵਿੱਚੋਂ ਜਲਦੀ ਰੋ ਪੈਂਦਾ ਨਾ, ਮਾਂ ਉਹਦਾ ਬੜਾ ਖਿਆਲ ਰੱਖਦੀ ਹੈ। ਉਹ ਘਰ ਨਾ ਵੀ ਨਾ ਹੋਵੇ, ਮਾਂ ਨੇ ਚੰਗਾ ਚੋਖਾ ਪਕਾਇਆ ਹੋਵੇ, ਬੂਟੀਆਂ ਪਕਾਈਆਂ ਹੋਵਣ ਤੇ ਉਹ ਬੱਚਾ ਘਰ ਨਾ ਹੋਵੇ ਤੇ ਮਾਂ ਉਸ ਬੱਚੇ ਦੀ ਚੰਗੀ ਬੂਟੀ ਸੰਭਾਲ ਕੇ ਰੱਖਦੀ ਹੈ। ਬਾਕੀ ਬੱਚੇ ਕਹਿਣਾ ਉਹਦੇ ਵਾਸਤੇ ਇੰਜ ਕਿਉਂ, ਤੇ ਮਾਂ ਕਹਿੰਦੀ ਉਹ ਰੋ ਪੈਂਦਾ ਨਾ। ਪਤਾ ਚੱਲਿਆ ਜਿਹੜਾ ਰੋ ਪਵੇ ਉਹਦਾ ਕੰਮ ਜ਼ਰਾ ਜਲਦੀ ਹੋ ਜਾਂਦਾ ਹੈ। ਮੇਰੇ ਕਰੀਮ ਆਕਾ ਨੇ ਫਰਮਾਇਆ ਅਬਕੂਫ ਇਲਮ ਤਬਕੂਫ ਤਬਾਕੂ। ਹਜ਼ੂਰ ਨੇ ਫਰਮਾਇਆ ਰੋਇਆ ਕਰ, ਰੋਣਾ ਨਾ ਆਵੇ ਤੇ ਰੋਣ ਵਾਲਾ ਮੂੰਹ ਬਣਾ ਲਿਆ ਕਰ। ਆ ਰੋਣਾ ਤੇ ਨਹੀਂ ਆਉਂਦਾ, ਆ ਜਾਵੇ ਤੇ ਕੰਮ ਬਣ ਜਾਂਦਾ। ਨੌਜਵਾਨੋ, ਮੇਰੇ ਆਕਾ ਨੇ ਫਰਮਾਇਆ ਕਿ ਅੱਲਾਹ ਫਰਮਾਉਂਦਾ ਜਿਹਦੀ ਅੱਖ ਵਿੱਚੋਂ ਮੇਰੇ ਖੌਫ ਦਾ ਇੱਕ ਆਂਸੂ ਮੱਖੀ ਦੇ ਪਰ ਜਿਤਨਾ ਬਾਹਰ ਨਿਕਲ ਆਵੇ, ਉਹਦੇ ਤੇ ਦੋਜ਼ਖ ਦੀ ਅੱਗ ਹਰਾਮ ਹੈ। ਅੱਗ ਦੋਜ਼ਖ ਵਿੱਚ ਨਹੀਂ ਜਾਵੇਗੀ, ਜਿਹਦੇ ਵਿੱਚ ਖੌਫ ਇਲਾਹੀ ਦਾ ਇੱਕ ਮੱਖੀ ਦੇ ਪਰ ਕਿੰਨਾ ਅਥਰੂ ਬਾਹਰ ਆ ਜਾਏ। ਆ ਰੋਣਾ ਹੀ ਤੇ ਨਹੀਂ ਆਉਂਦਾ, ਇਹ ਆ ਜਾਵੇ ਕੰਮ ਬਣ ਜਾਂਦਾ। ਜਿਬਰੀਲੀ ਅਮੀਨ ਅਲੈਹਿਸ ਸਲਾਮ ਉਸ ਬੁਰਾਕ ਨੂੰ ਫਰਮਾਉਣ ਲੱਗੇ, ਕਦੋਂ ਦਾ ਪਿਆ ਰੋਣਾ ਹੈ? ਕਹਿਣ ਲੱਗਾ 40,000 ਸਾਲ ਗੁਜ਼ਰ ਗਏ। ਮੈਂ ਕਮਲੀ ਵਾਲੇ ਦਾ ਨਾਮ ਸੁਣਿਆ ਸੀ, ਉਹ ਦਿਨ ਗਿਆ ਤੇ ਅੱਜ ਦਾ ਆਇਆ, ਤੇ ਮੈਂ ਯਾਰ ਦੀਆਂ ਯਾਦਾਂ 'ਚ ਪਿਆ ਰੋਈ ਜਾਂਦਾ ਤੇ ਰੋਈ ਜਾਂਦਾ, ਕਦੇ ਤੇ ਸਾਈਂ ਕਬੂਲ ਕਰਨਗੇ ਨਾ। ਨੌਜਵਾਨੋ, ਨਾਲੇ ਰੋਂਦਾ ਨਾਲੇ ਅਰਦੇ ਕਰਦਾ, ਮਹਿਬੂਬ ਮੇਰੇ ਆ ਜਾ, ਰੋ ਰੋ ਕੇ ਨਾ ਮਰ ਜਾਵਾਂ। ਮਹਿਬੂਬ ਮੇਰੇ ਆ ਜਾ, ਰੋ ਰੋ ਕੇ ਨਾ ਮਰ ਜਾਵਾਂ, ਤੇ ਡੁੱਬ ਹੰਝੂਆਂ ਦੇ ਵਿੱਚ ਡੁੱਬ ਹੰਝੂਆਂ ਦੇ ਵਿੱਚ ਚੱਲੇ ਆਵੇ ਪਰ ਜਾਵਾਂ। ਉਹ ਕਹਿਣ ਲੱਗਾ ਮੈਂ ਦਿਨੇ ਵੀ ਰੋਣਾ ਰਾਤ ਵੀ ਰੋਣਾ। ਕਹਿਣ ਲੱਗਾ ਉਡੀਕਾਂ ਪਿਆ ਕਰੀ ਜਾਣਾ, ਕਦੇ ਤੇ ਮਾਹੀ ਕਬੂਲ ਕਰਾਂਗੇ। ਮੈਂ ਤੇ ਯਾਰ ਦੀਆਂ ਯਾਦਾਂ ਜੋ ਦਿਨ ਵੀ ਰੋਣਾ ਰਾਤ ਵੀ ਰੋਣਾ। ਆਰ ਫੇ ਖੜੀ ਰਹਿਮਤ ਲਾਲੇ ਇਸ ਰੋਣ ਵੱਲ ਗਏ ਤੇ ਆ ਫਰਮਾਉਂਦੇ ਨੇ, ਇਸ਼ਕ ਜਿਨਾਤੀ ਇਹ ਭਾਈ ਹੱਡੀ ਰੱਖੇ ਛੜੇ ਰੋਂਦੇ, ਉਹ ਰੋਂਦੇ ਤੇਰੇ ਦੇ ਰਾਹੀ। ਮਿਲਦੇ ਵੀ ਰੋਂਦੇ ਤੇ ਇਸ਼ਕ ਵਾਲੇ ਵਿਛੜੇ ਵੀ ਰੋਂਦੇ।